ਅਸੀਂ ਪਹਿਲਾਂ तो रोड मैप ये है कि पंजाब के अंदर आईलैट्स से ये ਜਿਹੜੀ ਇਮੀਗ੍ਰੇਸ਼ਨ ਏਜੰਸੀਆਂ ਇਹਨਾਂ ਦੇ दफ्तर इदा खुल गए जिदा मतलब वो करियाने ਦੀਆਂ ਦੁਕਾਨਾਂ ਹੁੰਦੀਆਂ ਉਹਨਾਂ ਦੀ ਜਿਹੜੀ ਕੁਆਲੀਫਿਕੇਸ਼ਨ ਆ ਉਹਨਾਂ ਨੇ ਜਿਹੜੇ ਸੈਂਟਰਲ ਗਵਰਨਮੈਂਟ ਕੋਲ ਜਾਂ ਪੰਜਾਬ ਗਵਰਨਮੈਂਟ ਕੋਲੋਂ ਜਾਂ ਸੰਬੰਧਿਤ ਡੀਸੀ ਕੋਲ ਪਰਮਿਟ ਲਏ ਆ ਉਹਦੇ ਕੀ ਟਰਮ ਐਂਡ ਕੰਡੀਸ਼ਨ ਉਹਦੀਆਂ ਸ਼ਰਤਾਂ ਪੂਰੀਆਂ ਕਰਦੇ ਕਿ ਨਹੀਂ ਕਰਦੇ ਚੈੱਕ ਕਰਾਂਗੇ ਜਿਹੜਾ ਨਹੀਂ ਕਰਦਾ ਉਹਨੂੰ ਮਤਲਬ ਜਿਹੜਾ ਉਹ ਬੰਦ ਸਾਡੇ ਕੋਲ ਹੁਣੇ ਦੋ ਮੁੰਡੇ ਹੁਣੇ ਇੰਡੋਨੇਸ਼ੀਆ ਦੇ ਵਿੱਚ ਫਸੇ ਉਹਨਾਂ ਦੇ ਮਾਪਿਆਂ ਨੇ ਟਰੈਵਲ ਏਜੰਟ ਦੇ ਖਿਲਾਫ ਲਿਖ ਕੇ ਦਿੱਤਾ ਕਿ ਇਹਨਾਂ ਬੰਦਿਆਂ ਨੇ ਆਨਲਾਈਨ ਸਾਡੇ ਬੱਚਿਆਂ ਨੂੰ ਜਿਹੜਾ ਬਦਲਾ ਕੇ ਕਹਿ ਕੇ ਕਿ ਅਮਰੀਕਾ ਤੁਹਾਨੂੰ ਜਾ ਕੇ ਪੈਸੇ ਦੇ ਦਿਓ ਲੋੜ ਨਹੀਂ ਗੀ ਉਹਨਾਂ ਨੇ ਉੱਥੇ ਜਾ ਕੇ ਕਰਕੇ ਫਸਾ ਲਿਆ ਆਪਣੇ ਜਾਲ 'ਚ ਹੁਣ ਉਹਨਾਂ ਨੇ ਸਾਨੂੰ ਐਫੀਡੇਵਿਟ ਦਿੱਤਾ ਉਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ ਆਈਐਲਟਸ ਨੂੰ ਤੁਸੀਂ ਕਿਹਾ ਕਿ ਸਿਲੇਬਸ ਦੇ ਵਿੱਚ ਸ਼ਾਮਲ ਕੀਤਾ ਜਾਵੇ ਤਾਂ ਕਿ ਜਿਹੜੇ ਸੈਂਟਰ ਆ ਉਹਨਾਂ ਤੋਂ ਰਿਆਤ ਮਿਲ ਸਕੇ ਹਾਂ ਬਿਲਕੁਲ ਇਹ ਮੇਰੀ ਸਮਝ ਹੈ ਮੈਂ ਸੀਐਮ ਸਾਹਿਬ ਨੂੰ ਬੇਨਤੀ ਕਰਨੀ ਹੈ ਕਿ ਜਿਹੜੀ ਆਈਲੈਟਸ ਦੀ ਪੜ੍ਹਾਈ ਹੈ ਜਦੋਂ ਸਾਡੇ ਕੋਲ ਯੂਨੀਵਰਸਿਟੀਆਂ ਆ ਗਈਆਂ ਕਾਲਜ ਆ ਗਏ ਉੱਥੇ ਲੋਕ ਡਾਕਟਰ ਬਣਦੇ ਆ ਵਕੀਲ ਬਣਦੇ ਆ ਇੰਜੀਨੀਅਰ ਬਣਦੇ ਇਹ ਪੜ੍ਹਾਈ ਨੂੰ ਉਹ ਪੜ੍ਹਾਈ ਦਾ ਹਿੱਸਾ ਕਰ ਦਿੱਤਾ ਜਾਵੇ ਜਿਹੜੀ ਸਾਡੀ ਜ਼ਿੰਦਗੀ ਦੀ ਪੜ੍ਹਾਈ ਹੈ ਸਮਝਦੇ ਦੀ ਗੱਲ ਇਸ ਕਰਕੇ ਜਿਹੜੀ ਇਹ ਆਈਲੈਟਸ ਅਸੀਂ ਪਹਿਲਾਂ ਤਾਂ ਰੋਡ ਮੈਪ ਇਹ ਆ ਕਿ ਪੰਜਾਬ ਦੇ ਅੰਦਰ ਆਈਲੈਟਸ ਤੇ ਇਹ ਜਿਹੜੀਆਂ ਇਮੀਗ੍ਰੇਸ਼ਨ ਏਜੰਸੀਆਂ ਇਹਨਾਂ ਦੇ ਦਫ਼ਤਰ ਇੱਦਾਂ ਖੁੱਲ੍ਹ ਗਏ ਜਿੱਦਾਂ ਮਤਲਬ ਉਹ ਕਰਿਆਨੇ ਦੀਆਂ ਦੁਕਾਨਾਂ ਹੁੰਦੀਆਂ ਉਹਨਾਂ ਦੀ ਜਿਹੜੀ ਕੁਆਲੀਫਿਕੇਸ਼ਨ ਆ ਉਹਨਾਂ ਨੇ ਜਿਹੜੇ ਸੈਂਟਰਲ ਗਵਰਨਮੈਂਟ ਕੋਲ ਜਾਂ ਪੰਜਾਬ ਗਵਰਨਮੈਂਟ ਕੋਲੋਂ ਜਾਂ ਸੰਬੰਧਿਤ ਡੀਸੀ ਕੋਲ ਪਰਮਿਟ ਲਏ ਆ ਉਹਦੇ ਕੀ ਟਰਮ ਐਂਡ ਕੰਡੀਸ਼ਨ ਉਹਦੀਆਂ ਸ਼ਰਤਾਂ ਪੂਰੀਆਂ ਕਰਦੇ ਕਿ ਨਹੀਂ ਕਰਦੇ ਚੈੱਕ ਕਰਾਂਗੇ ਜਿਹੜਾ ਨਹੀਂ ਕਰਦਾ ਉਹਨੂੰ ਮਤਲਬ ਜਿਹੜਾ ਉਹ ਬੰਦ ਸਾਡੇ ਕੋਲ ਹੁਣੇ ਦੋ ਮੁੰਡੇ ਹੁਣੇ ਇੰਡੋਨੇਸ਼ੀਆ ਦੇ ਵਿੱਚ ਫਸੇ ਉਹਨਾਂ ਦੇ ਮਾਪਿਆਂ ਨੇ ਟਰੈਵਲ ਏਜੰਟ ਦੇ ਖਿਲਾਫ ਲਿਖ ਕੇ ਦਿੱਤਾ ਕਿ ਇਹਨਾਂ ਬੰਦਿਆਂ ਨੇ ਆਨਲਾਈਨ ਸਾਡੇ ਬੱਚਿਆਂ ਨੂੰ ਜਿਹੜਾ ਬਦਲਾ ਕੇ ਕਹਿ ਕੇ ਕਿ ਅਮਰੀਕਾ ਤੁਹਾਨੂੰ ਜਾ ਕੇ ਪੈਸੇ ਦੇ ਦਿਓ ਲੋੜ ਨਹੀਂ ਗੀ ਉਹਨਾਂ ਨੇ ਉੱਥੇ ਜਾ ਕੇ ਕਰਕੇ ਫਸਾ ਲਿਆ ਆਪਣੇ ਜਾਲ 'ਚ ਹੁਣ ਉਹਨਾਂ ਨੇ ਸਾਨੂੰ ਐਫੀਡੇਵਿਟ ਦਿੱਤਾ ਉਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ ਆਈਐਲਟਸ ਨੂੰ ਤੁਸੀਂ ਕਿਹਾ ਕਿ ਸਿਲੇਬਸ ਦੇ ਵਿੱਚ ਸ਼ਾਮਲ ਕੀਤਾ ਜਾਵੇ ਤਾਂ ਕਿ ਜਿਹੜੇ ਸੈਂਟਰ ਆ ਉਹਨਾਂ ਤੋਂ ਰਿਆਤ ਮਿਲ ਸਕੇ ਹਾਂ ਬਿਲਕੁਲ ਇਹ ਮੇਰੀ ਸਮਝ ਹੈ ਮੈਂ ਸੀਐਮ ਸਾਹਿਬ ਨੂੰ ਬੇਨਤੀ ਕਰਨੀ ਹੈ ਕਿ ਜਿਹੜੀ ਆਈਲੈਟਸ ਦੀ ਪੜ੍ਹਾਈ ਹੈ ਜਦੋਂ ਸਾਡੇ ਕੋਲ ਯੂਨੀਵਰਸਿਟੀਆਂ ਆ ਗਈਆਂ ਕਾਲਜ ਆ ਗਏ ਉੱਥੇ ਲੋਕ ਡਾਕਟਰ ਬਣਦੇ ਆ ਵਕੀਲ ਬਣਦੇ ਆ ਇੰਜੀਨੀਅਰ ਬਣਦੇ ਇਹ ਪੜ੍ਹਾਈ ਨੂੰ ਉਹ ਪੜ੍ਹਾਈ ਦਾ ਹਿੱਸਾ ਕਰ ਦਿੱਤਾ ਜਾਵੇ ਜਿਹੜੀ ਸਾਡੀ ਜ਼ਿੰਦਗੀ ਦੀ ਪੜ੍ਹਾਈ ਹੈ ਸਮਝਦੇ ਦੀ ਗੱਲ ਇਸ ਕਰਕੇ ਜਿਹੜੀ ਇਹ ਆਈਲੈਟਸ ਅਸੀਂ ਪਹਿਲਾਂ ਤਾਂ ਰੋਡ ਮੈਪ ਇਹ ਆ ਕਿ ਪੰਜਾਬ ਦੇ ਅੰਦਰ ਆਈਲੈਟਸ ਤੇ ਇਹ ਜਿਹੜੀਆਂ ਇਮੀਗ੍ਰੇਸ਼ਨ ਏਜੰਸੀਆਂ ਇਹਨਾਂ ਦੇ ਦਫ਼ਤਰ ਇੱਦਾਂ ਖੁੱਲ੍ਹ ਗਏ ਜਿੱਦਾਂ ਮਤਲਬ ਉਹ ਕਰਿਆਨੇ ਦੀਆਂ ਦੁਕਾਨਾਂ ਹੁੰਦੀਆਂ ਉਹਨਾਂ ਦੀ ਜਿਹੜੀ ਕੁਆਲੀਫਿਕੇਸ਼ਨ ਆ ਉਹਨਾਂ ਨੇ ਜਿਹੜੇ ਸੈਂਟਰਲ ਗਵਰਨਮੈਂਟ ਕੋਲ ਜਾਂ ਪੰਜਾਬ ਗਵਰਨਮੈਂਟ ਕੋਲੋਂ ਜਾਂ ਸੰਬੰਧਿਤ ਡੀਸੀ ਕੋਲ ਪਰਮਿਟ ਲਏ ਆ ਉਹਦੇ ਕੀ ਟਰਮ ਐਂਡ ਕੰਡੀਸ਼ਨ ਉਹਦੀਆਂ ਸ਼ਰਤਾਂ ਪੂਰੀਆਂ ਕਰਦੇ ਕਿ ਨਹੀਂ ਕਰਦੇ ਚੈੱਕ ਕਰਾਂਗੇ ਜਿਹੜਾ ਨਹੀਂ ਕਰਦਾ ਉਹਨੂੰ ਮਤਲਬ ਜਿਹੜਾ ਉਹ ਬੰਦ ਸਾਡੇ ਕੋਲ ਹੁਣੇ ਦੋ ਮੁੰਡੇ ਹੁਣੇ ਇੰਡੋਨੇਸ਼ੀਆ ਦੇ ਵਿੱਚ ਫਸੇ ਉਹਨਾਂ ਦੇ ਮਾਪਿਆਂ ਨੇ ਟਰੈਵਲ ਏਜੰਟ ਦੇ ਖਿਲਾਫ ਲਿਖ ਕੇ ਦਿੱਤਾ ਕਿ ਇਹਨਾਂ ਬੰਦਿਆਂ ਨੇ ਆਨਲਾਈਨ ਸਾਡੇ ਬੱਚਿਆਂ ਨੂੰ ਜਿਹੜਾ ਬਦਲਾ ਕੇ ਕਹਿ ਕੇ ਕਿ ਅਮਰੀਕਾ ਤੁਹਾਨੂੰ ਜਾ ਕੇ ਪੈਸੇ ਦੇ ਦਿਓ ਲੋੜ ਨਹੀਂ ਗੀ ਉਹਨਾਂ ਨੇ ਉੱਥੇ ਜਾ ਕੇ ਕਰਕੇ ਫਸਾ ਲਿਆ ਆਪਣੇ ਜਾਲ 'ਚ ਹੁਣ ਉਹਨਾਂ ਨੇ ਸਾਨੂੰ ਐਫੀਡੇਵਿਟ ਦਿੱਤਾ ਉਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ ਬਿਲਕੁਲ ਇਹ ਮੇਰੀ ਸਮਝ ਹੈ ਮੈਂ ਸੀਐਮ ਸਾਹਿਬ ਨੂੰ ਬੇਨਤੀ ਕਰਨੀ ਹੈ ਕਿ ਜਿਹੜੀ ਆਈਲੈਟਸ ਦੀ ਪੜ੍ਹਾਈ ਹੈ ਜਦੋਂ ਸਾਡੇ ਕੋਲ ਯੂਨੀਵਰਸਿਟੀਆਂ ਆ ਗਈਆਂ ਕਾਲਜ ਆ ਗਏ ਉੱਥੇ ਲੋਕ ਡਾਕਟਰ ਬਣਦੇ ਆ ਵਕੀਲ ਬਣਦੇ ਆ ਇੰਜੀਨੀਅਰ ਬਣਦੇ ਇਹ ਪੜ੍ਹਾਈ ਨੂੰ ਉਹ ਪੜ੍ਹਾਈ ਦਾ ਹਿੱਸਾ ਕਰ ਦਿੱਤਾ ਜਾਵੇ ਜਿਹੜੀ ਸਾਡੀ ਜ਼ਿੰਦਗੀ ਦੀ ਪੜ੍ਹਾਈ ਹੈ ਸਮਝਦੇ ਦੀ ਗੱਲ ਇਸ ਕਰਕੇ ਜਿਹੜੀ ਇਹ ਆਈਲੈਟਸ